ਚੋਣ ਕਮਿਸ਼ਨ ਵੱਲੋਂ ਦੇਸ਼ ਭਰ ਵਿੱਚ ਚੋਣ ਜ਼ਾਬਤਾ ਲਗਾਉਣ ਤੋਂ ਬਾਅਦ ਪੁਲਿਸ ਵੱਲੋਂ ਵੀ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਸਤਾਕਰਤਾ ਦਿਖਾਈ ਜਾ ਰਹੀ ਹੈ, ਜਿਸ ਦੇ ਚੱਲਦੇ ਬਟਾਲਾ ਸ਼ਹਿਰ ਵਿੱਚ ਪੰਜਾਬ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਮੰਤਵ ਨਾਲ SHO ਖੁਸ਼ਬੀਰ ਕੌਰ ਦੀ ਅਗਵਾਈ ਵਿੱਚ ਬਟਾਲਾ ਰੇਲਵੇ ਸਟੇਸ਼ਨ ਤੇ ਬਟਾਲਾ ਬੱਸ ਅੱਡੇ ਤੇ ਚਲਾਇਆ ਗਿਆ ਸਰਚ ਅਭਿਆਨ। ਇਸ ਮੌਕੇ SHO ਨੇ ਦੱਸਿਆ ਕਿ ਉਹਨਾਂ ਵੱਲੋਂ ਹਰ ਢੰਗ ਨਾਲ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ। ਉੱਥੇ ਹੀ ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਨਾਲ ਪੈਰਾਮਿਲਟਰੀ ਫੋਰਸ ਵੀ ਤੈਨਾਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹ ਸਰਚ ਅਭਿਆਨ ਵੀ ਉਸੇ ਦੀ ਕੜੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਬਟਾਲਾ ਪੁਲਿਸ ਦਾ ਸਾਥ ਦੇਣ। ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਦੀ ਰਿਪੋਰਟ। ਜਦੋਂ ਦਾ ਕੋਡ ਆਫ ਕੰਡਕਟ ਹੈ, ਉਸ ਤੋਂ ਬਾਅਦ ਲੋਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਨ ਲਈ ਡਿਫਰੈਂਟ ਡਿਫਰੈਂਟ ਐਕਸਰਸਾਈਜ਼ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ। ਜਿੱਦਾਂ ਆਪਾਂ ਕਾਸੋ ਆਪਰੇਸ਼ਨ ਕੋਆਰਡੀਨੇਟ ਸਰਚ ਆਪਰੇਸ਼ਨ ਕਰ ਰਹੇ ਹਾਂ, ਇੱਦਾਂ ਹੀ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਆਪਾਂ ਜਿਹੜੀ ਹੈ ਐਟ ਰੇਲਵੇ ਸਟੇਸ਼ਨਸ, ਕਰਾਊਡਡ ਪਲੇਸਿਸ, ਮਾਰਕੀਟਸ ਐਂਡ ਬੱਸ ਸਟੈਂਡਸ 'ਤੇ ਕਰ ਰਹੇ ਹਾਂ। ਇੱਦਾਂ ਹੀ ਆਪਾਂ ਜਿੱਦਾਂ ਫਲੈਗ ਮਾਰਚਸ ਕੰਡਕਟ ਕਰਦੇ ਹਾਂ ਟੂ ਅਵੇਅਰ ਪੀਪਲ। ਸੋ ਅੱਜ ਜਿਹੜਾ ਹੈਗਾ ਮੇਨ ਕਿ ਕੋਈ ਇੱਦਾਂ ਦਾ ਫਿਊਗੇਟਿਵ, ਕੋਈ ਇੱਦਾਂ ਦੀ ਗੱਲਬਾਤ, ਕੋਈ ਸ਼ਰਾਰਤੀ ਅਨਸਰ, ਹਰ ਪਾਸਿਓ ਹਰ ਪੱਖੋਂ ਜਿਹੜਾ ਇਲੈਕਸ਼ਨ ਸਮੂਥ ਨਿਕਲੇ, ਇਸ ਰਿਗਾਰਡਿੰਗ ਜਿਹੜੀ ਹੈ ਆਪਾਂ ਥੋਰਲੀ ਚੈਕਿੰਗਸ ਰੋਜ਼ ਦੇ ਰੋਜ਼ ਜਿਹੜੀ ਹੈ ਇੰਪਲੀਮੈਂਟ ਕਰ ਰਹੇ ਹਾਂ। ਪਬਲਿਕ ਨੂੰ ਇਹੀ ਅਪੀਲ ਕੀਤੀ ਜਾਂਦੀ ਹੈ, ਇੱਕ ਤਾਂ ਆਪਣੇ ਆਪ ਨੂੰ ਸੇਫ ਰੱਖਣ, ਇੱਕ ਕੋਨਫੀਡੈਂਸ ਬਿਲਡਿੰਗ ਮੇਜਰ ਵੀ ਇਹ ਹੁੰਦਾ ਕਿ ਵੀ ਆਰ ਹੇਅਰ, ਆਪਣੇ ਸਾਡੇ ਨਾਲ ਪੈਰਾਮਿਲਟਰੀ ਫੋਰਸਿਸ ਵੀ ਹੈਗੀ ਹੈ, ਅਤੇ ਇਹ ਬਿਲਕੁਲ ਸਮੂਥ ਇਲੈਕਸ਼ਨਸ ਹੋਣਗੇ, ਕੋਈ ਇਹਨਾਂ ਨੂੰ ਪ੍ਰੋਬਲਮ ਨਹੀਂ ਆਏਗੀ, ਆਪਣੇ ਬੇਫਿਕਰ ਹੋ ਕੇ ਵੋਟਸ ਦੇਣ। ਐਂਡ ਇਨ ਕੇਸ ਜੇ ਇਹਨਾਂ ਨੂੰ ਕੋਈ ਵੀ ਇੱਦਾਂ ਦੀ ਗੱਲਬਾਤ ਇਹਨਾਂ ਦੇ ਸਾਹਮਣੇ ਆਉਂਦੀ ਹੈ, ਕੋਈ ਲਿਕਰ ਰਿਲੇਟਡ ਜਾਂ ਕੋਈ ਵੀ ਇੱਦਾਂ ਦੀ ਇਲੀਗਲ ਥਿੰਗ ਚੱਲਦੀ ਪਈ ਹੈ, ਅਤੇ ਨਾਲ ਦੇ ਨਾਲ ਜਿਹੜਾ ਨੋਟਿਸ 'ਚ ਲਿਆਉਣ ਸਾਡੇ, ਤਾਂ ਕਿ ਆਪਾਂ ਉਸ ਅਕੋਰਡਿੰਗ ਕਾਰਵਾਈ ਅਮਲ ਵਿੱਚ ਲਿਆ ਸਕੀਏ।